ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਵਤਨ ਪਰਤੇ ਹਨ। ਇਸ ਮੌਕੇ ਤੇ ਗੱਲਬਾਤ ਕਰਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ, ਗੁਰੂ ਨਾਨਕ ਦੇਵ ਸਾਹਿਬ ਦੀ ਬਹੁਤ ਬੜੀ ਅਪਾਰ ਕਿਰਪਾ ਹੋਈ ਹੈ ਤੇ ਬਹੁਤ ਹੀ ਮੈਂ ਆਪਣੇ ਆਪ ਨੂੰ ਭਾਗੀਸ਼ਾਲਾ ਸਮਝਦਾ, ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਪਣੇ ਵਿਵਾਰਕ ਚਰਨ ਪਏ, ਜਿੱਥੇ ਉਹਨੇ ਕਰ ਕਮਲਾਂ ਦੇ ਨਾਲ ਔਰ ਹਰ ਬਾਇਆ ਉਸ ਮਿੱਟੀ ਦੇ ਵਿੱਚ ਉਹਨਾਂ ਨੇ ਕਿਰਤ ਕਰਨ ਦਾ ਜਿਹੜਾ ਸੰਦੇਸ਼ ਸੀ ਸਾਰੇ ਸੰਸਾਰ ਨੂੰ ਦਿੱਤਾ, ਅਤੇ ਮੈਂ ਉਸ ਪਾਵਨ ਧਰਤੀ ਦੀ ਮਿੱਟੀ ਆਪਣੇ ਮਸਤਕ ਲਾ ਕੇ ਆਪਣੇ ਆਪ ਨੂੰ ਬਹੁਤ ਹੀ ਭਾਗਾਸ਼ਾਲੀ ਸਮਝਦਾ ਔਰ ਆਪਣੇ ਆਪ ਨੂੰ ਬਹੁਤ ਹੀ ਵਡਭਾਗਾ ਸਮਝਿਆ ਕਿ ਜਿੱਥੇ ਪਾਕਿਸਤਾਨ ਸਰਕਾਰ ਨੇ, ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉੱਥੋਂ ਦੀ ਸਾਰੀ ਸਰਕਾਰ ਨੇ ਔਰ ਜਿਹੜਾ ਬੜਾ ਲੰਮਾ ਸਮੇਂ ਤੋਂ ਸਾਰੇ ਸਿੱਖ ਜਗਤ ਦੀ ਮਨ ਦੀ ਭਾਵਨਾ ਸੀ, ਹਮੇਸ਼ਾ ਨਾਨਕ ਨਾਮ ਲੇਵਾ ਇਹ ਅਰਦਾਸ ਕਰਦੇ ਸੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ 18 ਸਾਲ ਤੋਂ ਵੱਧ ਸਮਾਂ ਆਪਣੇ ਆਖਰੀ ਜੀਵਨ ਦਾ ਉਹਨਾਂ ਨੇ ਗੁਜ਼ਾਰਿਆ ਹੈ ਔਰ ਹਰ ਇੱਕ ਦੀ ਮਨ ਦੀ ਇਹ ਇੱਛਾ ਹੁੰਦੀ ਸੀ ਕਿ ਖੁੱਲ੍ਹੇ ਦਰਸ਼ਨ ਦਿਦਾਰੇ ਅਸੀਂ ਕਰ ਸਕੀਏ। ਮੈਂ ਸਮਝਦਾ ਸਤਿਗੁਰੂ ਨਾਨਕ ਸਾਹਿਬ ਦੀ ਬੜੀ ਵੱਡੀ ਅਪਾਰ ਕਿਰਪਾ ਹੋਈ ਹੈ ਕਿ ਦੋਨੇ ਸਰਕਾਰਾਂ ਨੇ ਫੈਸਲਾ ਕੀਤਾ, ਭਾਰਤ ਸਰਕਾਰ ਵੱਲੋਂ ਸ਼੍ਰੀ ਨਰਿੰਦਰ ਮੋਦੀ ਜੀ ਔਰ ਜਿਹੜੇ 26 ਤਰੀਕ ਨੂੰ ਉਹਨਾਂ ਨੇ ਨੀਂਹ ਪੱਥਰ ਰੱਖਿਆ, ਇਸੇ ਤਰ੍ਹਾਂ ਪਾਕਿਸਤਾਨ ਵੱਲੋਂ 28 ਤਰੀਕ ਨੂੰ ਔਰ ਉੱਥੇ ਨੀਂਹ ਪੱਥਰ ਰੱਖਿਆ ਗਿਆ। ਮੈਂ ਸਮਝਦਾ ਕਿ ਸਤਿਗੁਰੂ ਕਿਰਪਾ ਕਰਕੇ ਜਲਦੀ ਇਹ ਜਿਹੜਾ ਹੈ ਕੋਰੀਡੋਰ ਉਹ ਲਾਂਘਾ ਜਿਹੜਾ ਹੈ ਉਹ ਮੁਕੰਮਲ ਹੋ ਕੇ ਸਾਰੀਆਂ ਸਿੱਖ ਸੰਗਤਾਂ ਖੁੱਲ੍ਹੇ ਦਰਸ਼ਨ ਦਿਦਾਰੇ ਜਿਹੜੇ ਨੇ ਉਸ ਪਾਵਨ ਧਰਤੀ ਉਸ ਸਥਾਨ ਦੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਪਹਾੜ ਸਥਾਨ ਦੇ ਉੱਤੇ ਕਰ ਸਕਣਗੇ। ਤੁਸੀਂ ਉੱਥੇ ਸੰਗਤਾਂ ਨੂੰ ਮਿਲੇ, ਸੰਗਤਾਂ 'ਚ ਕਿੰਨਾ ਕੁਛ ਆ ਵੇਖਿਆ? ਮੈਂ ਸਮਝਦਾ ਕਿ ਸੰਗਤਾਂ ਦੇ ਬਹੁਤ ਵੱਡੀ ਖੁਸ਼ੀ ਸੀ, ਜਿਹਦੇ ਵੀ ਚਿਹਰੇ ਵੱਲ ਦੇਖਦੇ ਸੀ ਸਾਰੀਆਂ ਸੰਗਤਾਂ ਦੀ ਖੁਸ਼ੀ ਸੀ, ਭਾਵੇਂ ਉਹ ਸਿੱਖ ਸਨ, ਭਾਵੇਂ ਮੁਸਲਮਾਨ ਸਨ, ਭਾਵੇਂ ਹਿੰਦੂ ਸਨ, ਕੋਈ ਵੀ ਸਨ, ਸਾਰਿਆਂ ਦੇ ਚਿਹਰਿਆਂ ਦੇ ਉੱਤੇ ਬਹੁਤ ਹੀ ਮੈਂ ਸਮਝਦਾ ਇੰਨੀ ਖੁਸ਼ੀ ਸੀ ਕਿ ਉਹ ਸਮਾਏ ਨਹੀਂ ਜਾਂਦੇ ਸੀ ਕਿ ਇਹ ਬਹੁਤ ਵੱਡਾ ਜਿਹੜਾ ਕਾਜ ਸੀ, ਬਹੁਤ ਵੱਡਾ ਇਤਿਹਾਸਕ ਪਲ ਸੀ ਉਹ ਜਦੋਂ ਅਸੀਂ ਉੱਥੇ ਗਏ ਔਰ ਉਸ ਜਿਹੜੇ ਪਲ ਨੂੰ ਸਾਰਿਆਂ ਨੇ ਉਸ ਪਲ ਨੂੰ ਗੁਜ਼ਾਰਿਆ, ਅਤੇ ਮੈਂ ਸਮਝਦਾ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਹੀ ਖੁਸ਼ੀ ਅਸੀਂ ਉਹਨਾਂ ਦੇ ਚਿਹਰਿਆਂ ਤੋਂ ਲਟ ਪਟਕ ਰਹੀ ਸੀ। ਦੇਖੋ ਗੱਲ, ਅਸੀਂ ਪਾਕਿਸਤਾਨ ਸਰਕਾਰ ਨੇ ਸਾਨੂੰ ਸੱਦਾ ਦਿੱਤਾ ਸੀ ਔਰ ਅਸੀਂ ਇਮਰਾਨ ਖਾਨ ਦੇ ਸੱਦੇ 'ਤੇ ਉੱਥੇ ਗਏ ਸੀ ਔਰ ਜਿੱਥੇ ਉਹਨਾਂ ਨੂੰ ਸਾਨੂੰ ਬਿਠਾਇਆ, ਸੀਟ ਅਲੋਟ ਕੀਤੀ, ਉੱਥੇ ਜਾ ਕੇ ਬੈਠ ਗਏ। ਹੁਣ ਮੈਨੂੰ ਨਹੀਂ ਪਤਾ ਮੇਰੇ ਨਾਲ ਕੌਣ ਬੈਠਾ, ਮੈਂ ਕਿਸੇ ਨੂੰ ਜਾਣਦਾ ਨਹੀਂ ਉੱਥੋਂ ਦੇ, ਨਾ ਕਿਸੇ ਨੂੰ ਪਛਾਣਦਾ ਕੌਣ ਸੀ ਕੌਣ ਨਹੀਂ, ਕਿਉਂਕਿ ਸਾਡੀ ਜੋ ਸਾਡੀ ਇੱਕੋ ਹੀ ਇੱਛਾ ਸੀ ਕਿ ਅਸੀਂ ਉਸ ਸਮਾਗਮ ਦੇ ਵਿੱਚ ਜਿਹੜਾ ਸੀ ਸ਼ਾਮਿਲ ਹੋਣ ਵਾਸਤੇ ਗਏ ਸੀ। ਸਿਰਫ ਤਾਰਾ ਸਿੰਘ ਜਿਹੜੇ ਪ੍ਰਧਾਨ ਸੀ ਉਹ ਮੈਨੂੰ ਜ਼ਰੂਰ ਮਿਲੇ ਸੀ ਤੇ ਉਹਨਾਂ ਨਾਲ ਮੀਟਿੰਗਾਂ ਵੀ ਹੋਈਆਂ ਸਾਡੀ। ਦੇਖੋ ਅਸੀਂ ਕਾਫੀ ਉੱਥੋਂ ਦੇ ਜਿਹੜੇ ਪ੍ਰਧਾਨ ਦੇ ਨਾਲ ਵੀ ਸਾਡੀ ਮੀਟਿੰਗ ਹੋਈ ਹੈ,
ਕੱਲ ਅਸੀਂ ਜਿਹੜਾ ਕੋਆਪ ਬੋਰਡ ਜਿਹੜਾ ਨਾ ਬਣਿਆ ਹੋਇਆ ਲਾਹੌਰ ਦੇ ਵਿੱਚ, ਉੱਥੇ ਅਸੀਂ ਮੀਟਿੰਗ ਕੀਤੀ, ਜਿਸ ਮੀਟਿੰਗ ਦੇ ਵਿੱਚ ਸਰਦਾਰ ਤਾਰਾ ਸਿੰਘ ਜੋ ਪਾਕਿਸਤਾਨ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ, ਸਰਦਾਰ ਬਿਸ਼ਨ ਸਿੰਘ ਜੀ ਜੋ ਸਾਬਕਾ ਪ੍ਰਧਾਨ, ਔਰ ਕਾਫ ਬੋਰਡ ਦੇ ਜਿਹੜੇ ਸੈਕਟਰੀ ਸਨ ਤਾਰਕ ਵਜੀਦ ਖਾਂ, ਔਰ ਉਹ ਵੀ ਉੱਥੇ ਸ਼ਾਮਿਲ ਸੀ। ਉਹਨਾਂ ਦੇ ਦਫ਼ਤਰ ਵਿੱਚ ਸਾਰੀ ਸਾਡੀ ਬੜੀ ਡਿਟੇਲ ਦੇ ਨਾਲ ਮੀਟਿੰਗ ਜਿਹੜੀ ਹੋਈ ਹੈ, ਉੱਥੋਂ ਦੇ ਗੁਰਦੁਆਰਿਆਂ ਬਾਰੇ ਵੀ ਡਿਟੇਲ 'ਚ ਗੱਲ ਕੀਤੀ ਗਈ ਹੈ, ਔਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਸੰਬੰਧੀ ਵੀ ਸਾਰੇ ਵਿਸਥਾਰ ਦੇ ਵਿੱਚ ਸਾਰੀਆਂ ਉੱਥੇ ਗੱਲਾਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਮਨਾਇਆ ਜਾਵੇ, ਕਿਉਂਕਿ 3 ਮਹੀਨੇ ਸਾਰਿਆਂ ਨੇ ਇਹ ਫੈਸਲਾ ਕੀਤਾ ਲਗਾਤਾਰ 3 ਮਹੀਨੇ ਅਗਲੇ ਸਾਲ ਜਦੋਂ ਪ੍ਰਗਟ ਗੁਰਪੁਰਬ ਹੋਵੇਗਾ, ਔਰ ਉੱਥੇ ਲਗਾਤਾਰ 3 ਮਹੀਨੇ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਚੱਲਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਰਾ ਉੱਥੇ ਜਿੰਨੇ ਵੀ ਉਹ ਸੇਵਾ ਲਾਉਣਗੇ, ਉਹ ਟੈਂਟ ਸਿਟੀ ਬਣਾਈ ਜਾਊ, ਔਰ ਉੱਥੇ ਰਾਗੀ ਸਿੰਘ ਭੇਜੇ ਜਾਣ।